कपड़े बेचण तक आ गई यार। बच्चे नहीं यार मिठे खाए की गल हुई है जी ਪਾਜੀ ਸਰਦੀ ਆਉਣ ਡਈ ਤੁਹਾਨੂੰ ਪਤਾ ਲੜਾ ਲੋਕੀ ਤੋੜਾ ਤੋੜਾ ਵੇਚਦੇ ਆ ਥੋਤੀ ਲੈਂਦੇ ਆ ਆਹ ਤੇ ਕੰਮ ਚੱਲਣ ਨਹੀਂ ਸੀ ਰਿਹਾ ਮੈਂ ਕਿਹਾ ਚਲੋ ਲੜਾ ਤੇ ਲਾਈਏ ਨਾ ਇਹ ਲੰਡੇ ਜੀ ਓਹ ਹੋ 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 ਤਬਾ ਤੋ 100 ਰੁਪਏ 100 ਰੁਪਏ 1 ਮਿੰਟ ਹਮਕਾਰ ਜਿਹੜੀ 500 ਵਾਲੀ ਆ ਫਿੱਟੇ ਨੂੰ ਪਰਾਂ ਕਰ ਥੋੜਾ ਜਿਹਾ ਆਹ ਮੈਨੂੰ ਉਹ ਸ਼ਰਟ ਵੇਖਣ ਦੇ ਆਓ ਜੀ ਆ ਦੇਖੋ ਜੀ ਉਫ ਓਹ ਫਿੱਟੇ ਮੂਵੀ ਇਹ ਮਿੱਠੇ ਖਾ ਇਹ ਜੁੱਤੀ ਬਹੁਤ ਅੱਛੀ ਹੈ ਉਹ ਜੁੱਤੀ ਦੱਸ ਜਿਹੜੀ ਬੂਹੇ ਨਿਕਲਦੇ ਲੱਕ 'ਚ ਨਾ ਵਜੇ ਹੈ ਇਹ ਜੁੱਤੀ ਆ ਮੈਂ ਤੁਹਾਨੂੰ ਮਾਰ ਉਹ ਆ ਕੇ ਚੈੱਕ ਕਰਾਉਂਦਾ ਹਕੀਮ ਸਾਹਿਬ ਰੁਪਈਆ ਤੁਹਾਡੇ ਵਾਸਤੇ 900 ਲੱਗੇਗਾ ਜੁੱਤੀ ਪਾਓ ਜ਼ਰਾ ਬੜੀ ਪਿਆਰੀ ਵਧੀਆ ਜੁੱਤੀ ਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਫਿਰ ਤੋਂ ਚੈੱਕ ਕਰਾਉਂਦਾ ਲਓ ਜੀ ਚਾਚੀ ਖਾਨ ਜੀ ਆਹ ਬੜੀ ਸੋਹਣੀ ਲੱਗੀ ਆ ਭਾਈ 1 ਮਿੰਟ ਜੀ ਚੰਗਾ ਜੀ ਮਿੱਠਾ ਜੀ ਬਹੁਤ ਸ਼ੁਕਰ ਹਲੋ ਹਕੀਮ ਸਾਹਿਬ ਆ ਤੁਸੀਂ ਆਉਣ ਰੱਖਿਆ ਵਾ ਹੈ ਇਹਦੇ ਪੈਸੇ ਕਹਿੰਦੇ ਪੈਸੇ ਆ ਜੁੱਤੀ ਨਹੀਂ ਲਈ ਤੂੰ ਹੱਥੀ ਭਾਈ ਆ ਭਾਈ ਉਹ ਹੱਥੀ ਐਦਾਂ ਦਾ ਹੱਥੀ ਪਵਾ ਪਾ ਮੈਂ ਦੁਕਾਨ ਵੀ ਨਹੀਂ ਕਰ ਲੂੰ ਐਦਾਂ ਜਵਾਈਆਂ ਭਾਈਆਂ ਦੀਆਂ ਜੁੱਤੀਆਂ ਲਾਈ ਦੀਆਂ ਵਾ ਇੱਧਰ ਆ ਜਾ ਜੁੱਤੀ ਦੇ ਦੇ ਮੈਂ ਤੈਨੂੰ ਕਹਿਤਾ ਮਿੱਠਿਆ ਓਏ ਹੁਣ ਲਾਖ ਦੇਗਾ ਤੇ ਉਹ ਦਊਗੇ ਹਾਂਜੀ ਉਹ ਯਾਰ ਤੁਸੀਂ ਤਾਂ ਮੈਂ ਮਖੌਲ ਕਰਾਂਦੇ ਯਾਰ ਉਹਨੇ ਕੰਮ ਸ਼ੁਰੂ ਕੀਤਾ ਆਪਾਂ ਸਾਥ ਦੇਣਾ ਵਾ ਚੈੱਕ ਕਰਾ ਯਾਰ ਮੈਨੂੰ ਕੀ ਆ ਅਸਲਾਮ ਅਲੈਕਮ ਅੱਛਾ ਦੇਖੋ ਜੀ ਕਾਦਰ ਬਿਸਮਿਲਲਾ ਕਰਾਏਗਾ ਕਾਦਰ ਦੇਖੋ ਫੋਟੋ ਦਾ ਮਾਲ ਹੈ ਕਾਦਰ ਇਹ ਤੇਰੇ ਪੂਰੀ ਆਉਣੀ ਹੈ ਇਧਰ ਆ ਜਰਾ ਕਾਦਰ ਇੱਕ ਚੈੱਕ ਕਰੋ ਉਹ ਮੇਰੀ ਪਿਛਲੇ ਸਾਲ ਰਹਿ ਗਈ ਇੱਥੇ ਯਾਰ ਸਰਦੀਆਂ ਦੀ ਉਹ ਲੱਭਣ ਦਿਆਂ ਮੈਂ ਅਜਾ ਹੁਣ ਦਾ ਲੈਣਾ ਮੈਂ ਤੂੰ ਬੜੇ ਆਰੇ ਲੱਗਾ ਵਾ ਅੱਛਾ ਕਿੰਨੇ ਦੀ ਆ ਸ਼ਲਟ ਯਾਰ ਇੱਕ 100 ਰੁਪਏ ਹੈ 100 ਰੁਪਏ 100 ਰੁਪਏ ਦੀ 100 ਰੁਪਏ ਦੀ ਇਹ ਯਾਰ ਮੈਂ ਇਦਾਂ ਹੀ ਮੰਗਾਈ ਆ ਤੁਸੀਂ ਘੱਟ ਕਰੋ ਯਾਰ ਕਿੰਨੀ ਮਹਿੰਗੀਆਂ ਸ਼ਲਟਾਂ ਵੇਚਣ ਦੇ ਤੁਸੀਂ ਤੂੰ ਕਿਤੇ ਯਕੀਨ ਨਹੀਂ ਕੱਟਣ ਦੇ ਵੀ ਤੈਨਾਂ ਇੰਨੀ ਕਿਤੇ ਰਿਆਤ ਕਰਾਂ ਮੈਂ ਹੈ ਉੱਠ ਕੇ ਚੱਲ ਉੱਥੇ ਤੂੰ ਸੇਵ ਤੇ ਪੈਸੇ ਘੱਟ ਕਰਦਾ ਇਹ ਤੁਹਾਨੂੰ ਕੋ ਵਰਦਾ ਨਹੀਂ ਤੈਨੂੰ ਕੋ ਪੂਰੀ ਯਾਦ ਨਹੀਂ ਗਈ ਮੈਨੂੰ ਵੇਖੀ ਮਿੱਠੇ 100 ਰੁਪਏ ਦੀ ਮੈਨੂੰ ਵੀ 100 ਰੁਪਏ ਦੀ ਲਾਣੀ ਯੋ ਆਬਾਸ ਕਰਾਏਗਾ ਬਿਸਮਿਲਲਾ ਦੇਖਣ ਇਹ ਮਾਲ ਕਿੱਥੋਂ ਲੈਂਦਾ ਤੂੰ ਏ ਐਂਡੜੀ ਆ ਹਾਂ ਹੈ ਆਬਾਸ ਇਹ ਸ਼ਰਟ ਚੈੱਕ ਕਰ ਤੇਰੇ ਬਿਲਕੁਲ ਪੂਰੀ ਹੋਏਗੀ ਤੇ ਪਾਏਗਾ ਤੇ ਬਾਹੂ ਲੱਗੇਗਾ ਇਹ ਸ਼ਰਟ ਪਾ ਕੇ ਦੇ ਕਿਹੜੀ ਉਹ ਯਾਰ ਲਾਲ ਰੰਗ ਨਹੀਂ ਮੈਨੂੰ ਸਹੀ ਲੱਗਦਾ ਆ ਸਹੀ ਲੱਗਣ ਤੇ ਹੀ ਮੈਨੂੰ ਚੈੱਕ ਕਰ ਚੈੱਕ ਕਰ ਇੱਕ ਅੱਧੀ ਪਹਿਲੇ ਵੇਚ ਘੱਟ ਰੇਟ ਤੇ ਫੇਰ ਹੀ ਗਾਗ ਤੁਰਨੇ ਹਾਂ ਹਾਂ ਸਾਰੇ ਗਾਗ ਹੀ ਘੱਟ ਰੇਟ ਵਾਲੇ ਆ ਚਾ ਤੂੰ 90 ਰੁਪਏ ਦੇ ਬਾ ਠੀਕ ਹੈ ਨਹੀਂ ਮਿੱਠੇ ਉਹ ਦੋ ਚਾਵਾਂ ਓਕੇ ਉਹ ਜਿਹੜੀਆਂ ਤੂੰ ਮੈਨੂੰ ਕਹਿਣਾ ਸੀ ਆਹ ਓਏ ਹਲੇ ਤੇ ਲੰਡਾ ਖੋਲੇ ਯਾਰ ਯਾਰ ਇੱਕ ਅੱਧੀ ਵੇਚੂਗਾ ਤੇ ਫੇਰ ਹੀ ਸਹੀ ਲੱਗਣੀ ਨਹੀਂ ਨਹੀਂ ਇਦਾਂ ਨਹੀਂ ਮੈਂ ਵੇਚਣੀ ਤੂੰ ਜਾ ਕੇ ਕਰ ਜਾ ਕੇ ਆਵਾਜ਼ ਲਾ ਓਏ ਠੀਕ ਠਾਕ 100 ਰੁਪਏ 100 ਰੁਪਏ 100 ਰੁਪਏ ਓਏ ਪੁੱਤ ਓ ਜੁੱਤੀ ਕਿਹਨਾਂ ਦੀ ਆ ਮਾਰ ਲਈ ਸਭ ਤੋਂ ਹੈ ਬਲੀ ਇਹ ਚਾਚਾ ਤੇਰੇ ਵਾਸਤੇ 450 ਰੁਪਏ ਦੀ ਵਾਹ ਮੇਰੇ ਵਾਸਤੇ ਤੂੰ 450 ਦੀ ਬਾਕੀਆਂ ਲਈ ਬਾਕੀਆਂ ਲਈ ਵੀ 450 ਦੀ ਲੈ ਕੁਛ ਨਾ ਕੁਛ ਤੇ ਰਹਿਤ ਕੀਤੀ ਹੈ ਤਾਂ ਫਿਰ ਮੈਨੂੰ ਨਾਲ ਤਾਂ ਕੋਈ ਪਿਆਰ ਮੁਹੱਬਤ ਕਰ 100 ਰੁਪਏ ਦੀ ਦੇ ਦੇ ਹੈ 100 ਰੁਪਏ 100 ਰੁਪਏ ਸ਼ਲਟ ਬਾ ਜੁੱਤੀਆਂ ਦੇ ਮੁxtਲਿਫ ਰੇਟ ਆ ਦੇਖ ਤੇ ਚਲਾ ਲੈ 100 ਰੁਪਏ ਦੇ ਆ ਚੁੱਕ ਉਹ ਮੈਂ ਕੀ ਜੌਗਿੰਗ ਕਰਨੀ ਆ ਇਹ ਮਿੱਠੇ ਖਾ ਇਹ ਜੁੱਤੀ ਕਿੰਨੇ ਦੀ ਹੈ ਇਹ ਤੇਰੇ ਵਾਸਤੇ 800 ਰੁਪਏ ਦੀ ਇਹ ਜੁੱਤੀ ਕਿੰਨੇ ਦੀ ਹੈ ਇਹ 200 ਰੁਪਏ ਦੀ ਲੈ ਜਾ ਜਾ ਇਹ ਜੁੱਤੀ ਕਿੰਨੇ ਦੀ ਹੈ ਇਹ 250 ਰੁਪਏ ਦੀ ਤੇ ਚਿਕਨ ਤੂੰ ਪਸੰਦ ਆਈ ਤੇ ਮੈਨੂੰ ਤਾਂ ਕੋਈ ਨਹੀਂ ਪਸੰਦ ਆਈ ਭਾਈ ਕੋਈ ਨਵਾਂ ਮਾਲ ਲਿਆ ਬਸ ਚਾ ਬਣਾ ਯਾਰ ਇੱਕ ਬਣਾ ਦੇਣਾ 30 ਰੁਪਏ ਦੇਾਂਗਾ 30 ਰੁਪਏ ਚੁੱਪ ਚੁੱਪ ਜਾਨੀ ਸਾਹਿਬ ਆਏ ਪੌਣੀ ਕਰਾਉਣਗੇ ਲੋ ਵੇ ਲੜਾ ਲਾਇਆ ਜਾਨੀ ਸਾਹਿਬ 100 ਰੁਪਏ 100 ਰੁਪਏ 100 ਰੁਪਏ ਇਹ ਚੂਸ ਸਾਰੇ ਪੁੱਤਰੀ ਪ੍ਰਾਈਜ਼ ਤੇ ਆਓ ਤੁਹਾਨੂੰ ਛੱਡ ਦਈਏ ਛੱਡ ਪਵਾ ਦੇ ਕਰਾਈਏ ਉਹ ਵੱਡੀ ਛੱਡ ਲਿਆ ਜਾਨੀ ਸਾਹਿਬ ਵਾਸਤੇ ਆ ਗਈ ਆ ਗਈ ਆ ਦਿਖਾਓ ਜੀ ਆ ਓਏ ਓ ਕਦੀ ਲੰਡਾ ਨਹੀਂ ਪਾਦਾ ਕਦੀ ਕਦੀ ਪਾਉਂਦਾ ਵਾ तू पूरा शालमी बना लिया अगे घर भी आ जा मेरे उथे भी ला ला कोई चीज सही कह दे आ जा मेरे सहुरे वाल भी चल जा भी थड़े ते ला ला कोई तेन किराए दुकान देती तेन सारा ही देता कद नंबर है
मतलब तू हुण जिहड़ी मर्जी चीज जो मर्जी मतलब आके तू पा लवे तेरे को किराया तेरे को दिता नहीं जाता तू कहना भी किराया मेरे को है मैं कहना यार किराया कीमा नहीं है मतलब आ हूं जो आ जाए जो बल्दिया जो आ जाए अगले आके चलान कर चलान कि भरना कर जाते जी तू देना हाँ बिल्कुल सही गल चलान तू देना पता पूछे हाँ जी नाले गल है जहां तू किराया देना इधर सरकार यार सजा किराया ला सजा ठीक है तेन दुकान किराया दी अल्लाह माफी दे कोई छापर भी रखे नाल कब्जा कर लिया उतो तू कदी लंडे दे बूट पता नहीं कित्थों लिया होना जिहड़े पूरे भी आ जांदे आ दस दिमाग खराब तेरा चल भी तेरी अल्लाह दी रहमत नाल मुफ्त बोणी हो गई भी बंदा पुछे भी तेन दिते दुकान किराए ते तू जर के खा ला सही गल हुण इत्थों नंगल आ देख त्राज हो ठीक अमाना ती तू बंदा पुछे पिछे कर थोड़ा है थोड़ा तू पिछे करके ला भी नंगना लेने तू कम से कम इंज हो गए ना भी जिवें मतलब भी अगला जेड़ा नंगण वाला भतीजा तेरा भतीजे तेरा भी तो कोई हक है ना उहदा भी ते अच्छा जी गल सुनो जी जानी भाजी दुकान किराए ते आ तू मजबूर कर रहा मैनू कि मैं तेरा अड्डा इत्थों चुका देवां इहदे च पा के चुका दिओ जी आहो ये मजबूर कर रहा मैनू एदां नहीं किसे दा किसे नाल जे कोई बंदा तेरे नाल नरमी वरतदा ते इंज नहीं करीदा ਇਦਾਂ ਦਾ ਮਾਲਕ ਕਮਲਿਆ ਲੱਭਣਾ ਤੁਹਾਨੂੰ ਹਾਂ ਮੇਰੇ ਜੀ ਤੁਹਾਡੇ ਨਹੀਂ ਨਹੀਂ ਉਹ ਤੇ ਮੁੰਡੇ ਮੇਰੇ ਦੇ ਮੁੰਡੇ ਮੇਰੇ ਦਾ ਕੋਈ ਹੱਕ ਨਹੀਂ ਉਹਨੇ ਪਿਓ ਕੋ ਦੁਕਾਨ ਕਰਾਇਆ ਤੇ ਲਈ ਆ ਯਾਰ ਕਿਤੇ ਵਿਆਹਾਂ ਵਿਊਵਾਂ ਤੇ ਜਾਣ ਲਈ ਹਾਂ ਜੋੜਾ ਵੀ ਲੈ ਲਾ ਆਹੋ ਆ ਦੇਖੀ ਥੱਲੇ 9 ਨੰਬਰ ਲਿਖਿਆ ਇਹਦੇ ਚਲ ਇਹਨਾਂ ਨੇ ਦੁਕਾਨਦਾਰੀ ਬਾਹਰ ਲਾਉਣਾ ਨਹੀਂ ਹਟਣਾ ਇਦਾਂ ਹੀ ਹੋਣੀ ਚਾਹੀਦੀ ਨਹੀਂ ਨਹੀਂ ਯਾਰ ਇਹ ਦੇਖਿਓ ਜੀ 8 ਨੰਬਰ ਜਾਤੀ ਵੀ ਪਈ ਇੱਥੇ ਨਹੀਂ ਨਹੀਂ ਬਾਈ ਗੱਲ ਇਹ ਆ ਕਿ ਦੇਖੋ ਤੁਸੀਂ ਸਾਰਾ ਮੇਰਾ ਵੀ ਤੇ ਆਖਰ ਸਾਡਾ ਕੁਝ ਲੱਗਦਾ ਨਾ ਅੱਗੋ ਬੋਲਦਾ ਉਦੋਂ ਤਾਂ ਉਹਨਾਂ ਦੀ ਗੱਲ ਨਹੀਂ ਸੁਣਨ ਦੇ ਗਿਆ ਚੁੱਪ ਕਰ ਜਾ ਬੋਲੀ ਜਾ ਨਾ ਅੱਗੋ ਆ ਮੈਂ ਤੇਰੇ ਕੋ ਲੈਣਾ ਹੀ ਠੀਕ ਆ ਭਾਈ ਮੈਂ ਤਾਂ ਤੈਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਆ ਇਹਨੇ ਨਹੀਂ ਹਟਣਾ ਜੀ ਤੁਸੀਂ ਚੁੱਕ ਲਓ ਇਹ ਵੀ ਠਹਿਰ ਜਾ ਮੈਨੂੰ ਯਾਰ ਦਾ ਦੁਬਾਰਾ ਲੈਣ ਦੇ ਹਾਂ ਚੱਲ ਨਹੀਂ ਠੀਕ ਆ ਉਹ ਚ ਜਗ੍ਹਾ ਹੈਗੀ ਆ ਕੋ ਅਕਲ ਉਹਨੇ ਫੜਾ ਉਹ ਵੀ ਫੜਾ ਨਹੀਂ ਉਹ ਤਾਂ ਦੇਖੋ ਨਹੀਂ ਜੀ ਉਹ ਠਹਿਰ ਜਾ ਨਹੀਂ ਕਰੀਦਾ ਹੁੰਦਾ ਇੰਜ ਇਹਨਾਂ ਨੇ ਕਿਸੇ ਨੂੰ 27 ਦਾ ਅਗਲਾ ਦੁਕਾਨ ਵੇਲੀ ਕਰਾ ਲਵੇ ਹਾਂ ਗੱਲ ਕਰਨ ਵਾਲੀ ਕਰੀਦੀ ਹੁੰਦੀ ਆ ਲਓ ਜੀ ਆ ਦੋ ਤਿੰਨ ਲੈਣਾ ਹੋਰ ਬੋਲਦੇ ਆ ਜੋੜੇ ਰਹਿ ਗਏ ਬਸ ਆ ਦੇ ਦੇ ਇਹ ਲੈ ਲਾ ਕਰ ਕੇ ਕੋ ਸਾਲਾ ਪੈ ਲੋਈ ਅੱਲਾ ਕਰਕੇ ਵੀ ਲੈ ਜਾਓ ਮੈਂ ਛੱਡ ਆਉਣਾ ਛੱਡ ਆ ਕੇ ਨਾਲ ਭਾਜੀ ਦੇ ਹਾਂ ਜੀ ਮੈਂ ਜਾਂਦਾ ਨਾ ਛੱਡ ਵੀ ਲੈ ਲਓ ਜੀ ਆ ਭਲੇ ਦਾ ਜ਼ਮਾਨਾ ਹੀ ਨਹੀਂ ਹੈਗਾ ਔਰੇ ਕਰਕੇ ਲਾ ਇਹਨੂੰ ਉੱਤੇ ਆ ਪੈਰ ਆਉਂਦੇ ਆ ਦੇ ਚਲੋ ਅੱਗੇ ਤੋਂ ਨਾ ਮੈਨੂੰ ਇਦਾਂ ਦੀ ਕੋਈ ਸ਼ਿਕਾਇਤ ਆਵੇ ਲੈ ਵੀ ਮਿੱਠਿਆ ਤੇਰਾ ਸਮਾਨ ਵੇਖ ਗਿਆ ਕਿਆ ਬਾਤ ਆ ਯਾਰ ਵਾਹ 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 ਆ ਦੋ ਜੁੜੇ ਰਹਿ ਗਏ ਯਾਰ ਪੁਰਾਣੇ ਜੇ ਇਹ ਮਾਲਕ ਵੀ ਮਾਰਕੀਟ ਦੇ ਤੇਰਾ ਮਤਲਬ ਵਿੱਚ ਵੀ ਹਰ ਸ਼ੈ ਲੈ ਜਾਣਗੇ ਯਾਰ ਉਹ ਤਾਂ ਵੀ ਕੰਮ ਤਾਂ ਚੱਲ ਗਿਆ ਦਾ ਹਾਂ ਉਹ ਤੂੰ ਸ਼ੁਕਰ ਕਰੋ ਛੱਡ ਗਏ ਆ ਨਹੀਂ ਤੇ ਤੁਸੀਂ ਨੰਗੇ ਪੈਰ ਹੀ ਜਾਣਾ ਸੀ ਇਹ ਤੁਹਾਡੇ ਲਈ ਛੱਡ ਕੇ ਗਏ ਆ ਛੱਡ ਨਹੀਂ ਗਏ ਆ ਦੂਜੀ ਐਂਟਰੀ 'ਚ ਜਾਣੀਆਂ ਵਾ ਅੱਛਾ ਹਾਂ ਨਾਲੇ ਤੂੰ ਚੁੱਪ ਕਰਿਓ ਤੂੰ ਹਰ ਸ਼ੈ ਪਵਾ ਪਵਾ ਚੈੱਕ ਆ ਦੇਖ ਯਾਰ ਇਹਨਾਂ ਦੇ ਕੰਮ ਆ ਮੇਰਾ ਭਰਾ ਆ ਛੋਟਾ ਕੀ ਨੰਬਰ ਆ ਤੇਰਾ ਪਹਿਲਾ ਕੋਈ ਵੀ ਨਹੀਂ ਨੰਬਰ ਹੈਗਾ ਅੱਜ ਵੀ ਵੇਖਿਆ ਵੇਖਿਆ ਬਾਲ ਵੇਖਿਆ ਅੰਦਰ ਲੈ ਜਾ ਅੰਦਰ ਲੈ ਜਾ ਸਾਰਾ ਕੁਝ ਆ ਫੜ ਗਿਆ ਇਹਨੇ ਵੇ ਮੇਰੀ ਆ ਦੇਰੀ ਤਾਂ ਨਹੀਂ ਆ ਗਈ ਕਿਤੇ ਆਪਾ ਆਦਰ ਪੂਰੀ ਹੈ ਚਲ ਆ ਜਾ ਆ ਜਾ ਨਹੀਂ 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 ਕਿ ਕੋਈ ਬੰਦਾ ਕਿਰਾਏ ਤੇ ਦੁਕਾਨ ਦੇ ਦੇਵੇ ਤੇ ਉਦੋਂ ਇਦਾਂ ਨਹੀਂ ਕਰੀਦਾ ਚੁੱਕ ਲਾ ਜਾ ਇਹਨਾਂ ਦੀ ਇਨਸਾਨੀਅਤ ਮਰ ਗਈ ਆ ਜਾ ਜਾਨੀ ਸਾਹਿਬ ਜੀ ਨਾਲ ਲੜਨ ਰਹੇ ਆ ਓਏ ਉਹ ਤੂੰ ਮੈਨੂੰ ਨਜ਼ਰ ਨਹੀਂ ਆਉਂਦੇ ਆ
ਓਏ ਹੁਣ ਕਿੱਦਾਂ ਦੇਣਾ ਆ ਇੱਕ ਜੋੜਾ ਜਿਹੜਾ ਰਹਿ ਗਿਆ ਬਸ ਇੱਕ ਲੜਾਈ ਰਹਿ ਗਈ ਜਾਨੀ ਸਾਹਿਬ ਦੀ ਕੀ ਖਿਆਲ ਹੈ ਬਈ ਆ ਲੜਨਾ ਤੇ ਉਦਾਂ ਲੜ ਪਤਾ ਜੁੱਤੀ ਲੈ ਗਿਆ ਮੇਰੀ ਅੱਛਾ ਜੀ ਆਹੋ ਇੱਧਰੋਂ ਵੀ ਕੋਈ ਲੈ ਗਿਆ ਹੈ ਕੌਣ ਆ ਪਤਾ ਨਹੀਂ ਕਿਹੜਾ ਵਾ ਯਾਰ ਓਏ ਜੁੱਤੀ ਲੈ ਗਿਆ ਮੇਰੀ ਦੱਸ ਮੇਰੇ ਵੀ ਖਿੱਚਣ ਡਿਆ ਵਾ ਚਵਲ ਆਦਮੀ ਆ ਖਲੋ ਤੈਨੂੰ ਮੈਂ ਦੱਸਦਾ ਉਹ ਖੁਦਾ ਦਾ ਵਾਸਤਾ ਸੁਲਾ ਕਰਨਾ ਯਾਰ ਤੇਰੀ ਮਿਹਰਬਾਨੀ ਆ ਸੁਲਾ ਕਰਨਾ ਹਰ ਪਾਸੇ ਖਲਾਸ ਕਰ ਦੇਗਾ ਤੇ ਜੂਸੀ ਜੂਸੀ ਹੋ ਜਾਏ ਉਹ ਬੰਦ ਅੱਲਾ ਓਏ ਉਹ ਗੱਲ ਤਾਂ ਦੱਸ ਉਫ ਓਏ ਬਸ ਓਏ ਬੇਟਾ ਡੱਬੂ ਚੜ ਗਿਆ ਤੇ ਮਾਫੀ ਦੇ ਦੇ ਯਾਰ ਤੇਰੀ ਮਿਹਰਬਾਨੀ ਹਰ ਮਾਲ 500 ਰੁਪਏ ਹਰ ਮਾਲ 500 ਰੁਪਏ ਹਰ ਮਾਲ 500 ਰੁਪਏ ਅ ਮਿੱਠੇ ਖਾ ਹਾਂ ਉਹ ਸ਼ਰਟ ਦਾ ਰੇਟ ਤਾਂ ਨਾ ਵਧਾ ਯਾਰ ਉਹੀ 100 ਰੁਪਏ ਸਹੀ ਸੀ ਇਹ ਸਾਡਾ ਕਸੂਰ ਥੋੜੀ ਕਿਉਂ ਜੀ ਕਰ ਹਾਂ ਜੀ ਸਾਡਾ ਕਸੂਰ ਤੇ ਕੋਈ ਨਹੀਂ ਇਹ ਵਾ ਘਾਟਾ ਹੁਣ ਉਧਰ ਮੈਨੇਜ ਕਰ ਰਹੇ ਆ ਨੁਕਸਾਨ ਇਹ ਤੇ ਉਹ ਚਲੀ ਜਾ ਮੁੱਖੋ ਚਲੀ ਜਾ ਇਥੋਂ ਤੈਨੂੰ ਇੱਕ ਵਾਰੀ ਮੈਂ ਕਹਤਾ ਕਿ ਯੂਸੀ ਨੇ ਲੈ ਦਿਆ ਜਾਣਾ ਤੈਨੂੰ ਤੂੰ ਮੇਰੀ ਅੱਗੇ ਨਾ ਨਹੀਂ ਪੁਗ ਸਕਦੀ ਸੱਚਾ ਮੁਹੱਬਤਾਂ ਪੌੜੀਆਂ ਪਾ ਪੰਜਾਬ ਵੱਡਾ ਕਰ ਦਿਓ ਯੂਸੀ ਦਾ ਜਿਗਰਾ ਵੱਡਾ ਵਾ ਕਸ਼ਮਰ ਵੀ ਵੱਡੇ ਆ ਹਰ ਪਾਸੇ ਖਲਾਸ ਕਰ ਦੇਗਾ ਤੇ ਜੂਸੀ ਜੂਸੀ ਹੋ ਜਾਏ ਉਹ ਬੰਦ ਅੱਲਾ ਓਏ ਉਹ ਗੱਲ ਤਾਂ ਦੱਸ ਉਫ ਉਹ ਬਸ ਉਹ ਬੇਟਾ ਡੱਬੂ ਚੜ ਗਿਆ ਉਹ ਮਾਫੀ ਦੇ ਦੇ ਯਾਰ ਤੇਰੀ ਮਿਹਰਬਾਨੀ ਉਹ ਫਿਰ ਹਕੀਮ ਸਾਹਿਬ ਬਸ ਹਕੀਮ ਸਾਹਿਬ ਪੈਣ ਦੇ ਬਦਮਾਸ਼ੀ ਵਾਲੇ ਹਜ਼ਾਰ ਗਵਾਚ ਗਏ ਆ ਯਾਰ ਤੂੰ ਪਤਾ ਨਹੀਂ ਬਰਦਾਸ਼ਤ ਕਰਨਾ ਵੀਰੇ ਤੇਰੀ ਆਵਾਜ਼ ਨਾ ਨਿਕਲੇ ਉੱਚੀ ਹੁਣ ਆਰਾਮ ਨਾਲ ਦੱਸ ਮੁੱਖੋ ਦੀ ਗੱਲ ਮੁੱਖੋ ਮੇਰੇ ਨਾਲ ਪਿਆਰ ਕਰਦੀ ਆ ਮੇਰੇ ਮਗਰ ਜੇਲਾਂ ਚ ਰੋਟੀਆਂ ਲੈ ਕੇ ਆਉਣ ਡਈ ਆ ਯੂਸੀ ਕੋ ਕਤ ਓਏ ਉਹ ਛੋਟਾ ਮਾਰਨਗੇ ਫਿਰ ਨਾ ਕਰ ਉਹ ਕਹਿੰਦੀ ਮੈਂ ਤੇਰੇ ਮਗਰ ਆਉਂਗੀ ਰੋਟੀ ਲੈ ਕੇ ਤੂੰ ਰਹਿ ਜੇਲ੍ਹ ਚ ਪਰ ਯੂਸ ਹਾਂ ਉਹ ਬੜਾ ਵਾ ਕੀਤਾ ਸਹੀ ਇੰਜ ਹੀ ਆਵੇ ਵਾ ਇੱਧਰ ਬਸ ਕੋਈ ਆ ਮੇਰਾ ਪਪਰ ਚੇਰ ਪੁੱਤਰ ਆ ਮੇਰਾ ਹੀ ਸ਼ਹਾਦਾ ਪਪਰ ਓ ਯਾਰ ਏਦਾਂ ਨਾ ਕਰੋ ਸਾਰੇ ਰਲ ਕੇ ਯਾਰ ਮਿੱਠੇ ਖਾਣ ਦੀ ਰਬਣੀ ਕਰਾਓ ਯਾਰ ਵਿਚਾਰੇ ਦੀ ਹਾਂ ਸਹੀ ਕਹਿੰਦੇ ਆ ਹਕੀਮ ਤੂੰ ਮਿੱਠੇ ਟੈਨ ਖਿਆਲ ਨਾਲ ਲੈ ਮਾਲ ਤੇਰੇ ਜਿਹੜੇ ਗਏ ਆ ਨਾ ਮੈਂ ਹੁਣੇ ਹੀ ਪੂਰੇ ਕਰ ਦਿੰਦਾ ਚੈੱਕ ਕਰ ਯਾਰ ਆਹੋ ਮੇਰੇ ਫੈਲ ਦੀ ਅੱਡ ਜਿਹੜੀਆਂ ਹੈ ਵਾ ਹਾਂ ਤੇ ਕੋਈ ਮੁਹੱਬਤ ਕਰਨੀ ਹੋ ਓ ਯਾਰ ਮਿੱਠੇ ਨਹੀਂ ਮੈਨੂੰ ਨਹੀਂ ਕੋਈ ਸਹੀ ਲੱਗੀ ਤੇਰੇ ਕੋਈ ਸਹੀ ਹੈ ਹੀ ਨਹੀਂ ਗੀ ਆਹੋ ਆ ਵੇਖ ਨਾ ਹੁਣ ਹਕੀਮ ਮੈਂ ਲੈਣੀ ਸੀ ਉਹਦੇ ਕੋਈ ਸ਼ਰਟ ਚੱਜ ਦੀ ਹੋਊਗੀ ਤੇ ਲਊਗਾ ਨਹੀਂ ਨਹੀਂ ਸੱਚਾ ਯਾਰ ਉਹ ਪਰ ਤੈਨੂੰ ਪਸੰਦ ਕੋਈ ਨਹੀਂ ਆਈ ਤੇ 5-6 ਸ਼ਰਟਾਂ ਪਾ ਕੇ ਚਲਾ ਗਿਆ ਇਹ ਤੇ ਲਾ ਓਏ ਤੇ ਮੈਂ ਘਰੋਂ ਪਾ ਕੇ ਆਇਆ ਵਾ ਰੱਥ ਨੂੰ ਰੱਥ ਦਾ ਰੱਖ ਨਹੀਂ ਹੁੰਦਾ ਇਹ ਮਿੱਠੇ ਘਰੇ ਪਾ ਕੇ ਤੂੰ ਅੰਨਾ ਆਇਆ ਉਹਦੇ ਨਾਲ ਜਦੋਂ ਦੀ ਦੁਕਾਨ ਖੋਲੀ ਇਹੀ ਪਾਈਆਂ ਉਹਨੇ ਉਹ ਤੁਸੀਂ ਕਿਉਂ ਝੂਠ ਬੋਲਦੇ ਆ ਉਹ ਤੁਸੀਂ ਮੇਰਾ ਬਿਲਕੁਲ ਸਾਥ ਨਹੀਂ ਦੇਂਦੇ ਹੋ ਨਾਈਆ ਕਿਤੇ ਡੁੱਬ ਕੇ ਮਰ ਜਾ ਆ ਕੀਮਾ ਤੈਨੂੰ ਤਾਂ ਵੈਸੇ ਹੀ ਕੀੜੇ ਪੈਣੇ ਆ ਕਦੀ ਮੇਰਾ ਸਾਥ ਨਹੀਂ ਦਿੱਤਾ ਓਏ ਮੁੰਡਾ ਚਾਚਾ ਉਹ ਤੂੰ ਕਾਹਦਾ ਇਨਸਾਫ ਕਰਦਾ ਉਹ ਤੇਰੇ ਟੋਟੇ ਹੁਣ ਕਿਸ ਪਾਸੇ ਉਹ ਮੇਰੀਆਂ ਸ਼ਰਟਾਂ ਹੁਣ ਇੱਥੋਂ ਪਾ ਕੇ ਲੈ ਗਿਆ ਤੂੰ ਕਹਤਾ ਘਰੋਂ ਪਾਤੀਆਂ ਉਹ ਤੇਰੇ ਕਿਚ ਮੇਰਾ ਪਈਆਂ ਭੁੱਲ ਗਿਆ ਤੂੰ ਡਾਂ ਫਾੜੇ ਨੂੰ ਜ਼ਰਾ ਫੇਰ ਇੱਕ ਵਾਰੀ ਚਾਰਾ ਬੋਲਿਆ ਹੀ ਨਹੀਂ ਇਹਨੇ ਇਸ਼ਾਰਾ ਕੀਤਾ ਵਾ ਅਸੀਂ ਹੁਣ ਇੱਥੇ ਕਾਨੂੰਨ ਦਾ ਕੰਮ ਕਰਦੇ ਤੇਰੇ ਨਾਲ ਝੂਠ ਬੋਲੀਏ ਹਾਂਜੀ ਪਾ ਕੇ ਆਇਆ ਵਿਚਾਰਾ ਕਿਹੜਾ ਕਾਨੂੰਨ ਦਾ ਕੰਮ ਕਰਨ ਦਿਆ ਓਏ ਯੂਸੀ ਨੂੰ ਸਾਰਾ ਮਾਲਾ ਕਾ ਤੇਨੂੰ ਮੈਂ ਕੀ ਕਿਹਾ ਵਾ ਇਹ 34 ਵੇਸਟ ਹੈਗੀ ਭੈਣ ਹੈ 34 ਵੇਸਟ 34 ਵੇਸਟ ਮੈਂ ਕਿਹਾ ਮਿਲ ਜੇਗੀ ਇਹ ਚ ਹੈਗੀ ਸੀ ਭਾਜੀ ਇੱਕ ਬੰਦੇ ਦਾ ਝਗੜਾ ਹੋ ਗਿਆ ਸਾਰੀਆਂ ਲੈ ਗਿਆ ਉਹ 34 ਵੇਸਟ ਲੜਾ ਲਾਇਆ ਮੈਂ
ਕਿਤੇ ਬਾਹਰੋਂ ਮਾਰਕੀਟ 'ਚੋਂ ਲੈਣ ਡਿਆ। ਲੰਡੇ 'ਚ ਕਿਹੜੀ ਬੈਸਟ ਹੁੰਦੀ ਆ? ਇਹ 'ਚ ਹੈਗਾ ਕਲਰ ਹੋਰ। ਉਹ ਭਰਾਵਾ ਲੰਡਾ ਵਾ 150-150 ਰੁਪਏ ਪੈਂਟ ਦੇਣ ਡਿਆ, ਤੈਨੂੰ 'ਚ ਕਲਰ ਕਿਹੜਾ ਦਿਖਾਵਾਂ? ਤੂੰ ਕਲਰ ਵੈਸੇ ਰੱਖ ਲੈਣਾ, ਉਹਨੂੰ ਕਹਿ ਭੇਜ ਕੇ ਕਲਰ ਹੋਰ ਕਰ ਲੈ। ਗਾਹਕ ਆਇਆ ਮਨੂਸਤ ਨਾ ਪਾ। ਅੱਛਾ ਜੀ, ਇਹਦਾ ਰੰਗ ਤਾਂ ਨਹੀਂ ਉੱਡੇਗਾ? ਹਾਂਜੀ, ਇਹਦਾ ਰੰਗ ਤਾਂ ਨਹੀਂ ਉੱਡੇਗਾ। ਜਦੋਂ ਤੈਨੂੰ ਹੁਣ ਮੈਂ ਰੇਟ ਦੱਸਣਾ ਨਾ, 13 ਜ਼ਰੂਰ ਉੱਡੇਗਾ। 150 ਰੁਪਏ ਵਾਲੇ ਨੂੰ ਪੀਸ ਤੈਨੂੰ ਮੈਂ ਗਰੰਟੀ ਦਵਾਂ ਯਾਰ। ਜਿਹੜਾ ਪੀਸ ਤੁਹਾਨੂੰ ਪਸੰਦ ਆ ਗਿਆ ਤੁਹਾਡੇ ਫਿੱਟ, ਇਹ ਤੁਹਾਡੇ ਬਿਲਕੁਲ ਪੂਰਾ ਵਾ। ਇਹ ਥੋੜ੍ਹਾ ਜਿਹਾ ਤੁਸੀਂ ਇੰਜ ਕਰ ਲਓ ਨਾ, ਇਹ ਦੇਖੋ ਤੁਹਾਡੇ ਬਿਲਕੁਲ ਪੂਰਾ ਵਾ। ਇਹ ਤੁਹਾਡੀ ਹੋਈ ਹੈ, ਇਹ ਬਣੀ ਤੁਹਾਡੇ ਵਾਸਤੇ ਆ। ਲੈ ਵੀ ਚਾਚੇ ਖਾਨ, ਜਿਸ ਫਲੋਰ ਨਾਲ ਮਿੱਠੇ ਦਾ ਮਾਲ ਵਿਕ ਰਿਹਾ ਨਾ, ਅੱਲਾ ਦੀ ਰਹਿਮਤ ਨਾਲ ਫਾਕੇ ਪੱਕੇ ਹੀ। ਮੇਰਾ ਮਤਲਬ ਯਾਰ ਕੰਮ ਨਿਕਲਣ ਡਿਆ ਨਾ, ਹੁਣ ਵੇਖੀ ਕੋਠੀਆਂ ਲੱਖ ਦੀਆਂ ਅਭੀ ਉਸੇ ਰੇਟ ਤੇ ਹੀ ਆ। ਹਾਂਜੀ, ਅਭੀ ਉਸੇ ਰੇਟ ਤੇ ਭਾਜੀ, ਇਹਦਾ ਕਲਰ ਬੜਾ ਪਿਆਰਾ ਹੈ। ਓਏ ਤੁਸੀਂ ਫੋਟੇ ਤੇ ਰੱਖੋ, ਤੁਹਾਡੇ ਵੀ ਪੂਰਾ ਹੀ ਆ। ਕਿੰਨੇ ਪੈਸੇ ਕਿੰਨੇ ਬਣੇ ਹੋ? ਪੈਸੇ ਤੁਹਾਡੇ ਪੀਸ ਕਿੰਨੇ ਭਾਜੀ? 3, 4, 5, 6, 7, 8, 9 ਪੀਸ ਆ ਭਾਜੀ। ਭਾਜੀ ਤੁਹਾਡਾ 1350 ਰੁਪਏ ਬਣ ਗਿਆ ਭਾਜੀ। ਭਾਜੀ ਕੋਈ ਮੁਨਾਸਬ ਕਰੋ। ਅਤੇ ਮੁਨਾਸਬ, ਚਲੋ ਫਿਰ ਤੁਸੀਂ ਇਸ ਤਰ੍ਹਾਂ ਕਰੋ ਭਾਜੀ, ਮੈਂ ਤੁਹਾਨੂੰ 1350 ਕਿਹਾ ਨਾ, ਅਤੇ ਤੁਸੀਂ 1350 ਹੀ ਦੇ ਦਿਓ। ਉਹ ਭਾਜੀ 100 ਰੁਪਿਆਂ ਦੀ ਕਿਹੜੀ ਗੱਲ ਹੁੰਦੀ ਆ? ਹਾਂ ਹਾਂ, ਗੱਲ ਇੱਕ ਕਰਾਂ, 650 ਠੀਕ ਆ? ਓ ਇੰਨਾ ਫਰਕ ਤਾਂ ਕੋਈ ਭਾਜੀ, ਲੈਣ ਦੇਣ ਵਾਲੀ ਗੱਲ ਕਰਨੀ ਆ, ਮਾਲ ਹੱਥੋਂ ਹੱਥੀ ਵੇਚਣ ਡਏ ਆ, ਇਹਦਾ ਚੀਜ਼ ਦੁਬਾਰਾ ਨਹੀਂ ਲੱਭਣੀ, ਨਾ ਤੁਹਾਡਾ 650 ਨਾ ਮੇਰਾ 1350। ਚੁੱਪ ਕਰਕੇ ਹੁਣ ਪਿਆਰ ਨਾ 1350 ਹੀ ਦਿਓ ਫਿਰ। 550 ਠੀਕ ਹੈਗਾ। ਤੁਸੀਂ ਇੰਨਾ ਵਧੀ ਜਾਣਦੇ, ਹੁਣ ਮੇਰਾ ਬਣਦਾ ਕਿ ਮੈਂ ਵੀ ਥੋੜ੍ਹਾ ਮੋਟਾ ਕਰਾਂ, ਜਾਓ ਜੇ ਉਹ 1350 ਹੁਣ ਤੁਸੀਂ ਪੱਕਾ ਵਾ ਭਾਈ 1350? ਹਾਂਜੀ। ਚਲੋ ਜੇ ਇਹ ਗੱਲ ਆ ਨਾ, ਤਾਂ ਮੁੰਡੇ ਨੂੰ ਭੇਜੋ ਭਾਈ, ਨਾ ਫਿਰ ਪੈਸੇ ਦੇਈਏ। ਕਿੱਥੇ? ਉਹ ਗੱਡੀ 'ਚ ਪਿਆ ਬਟਵਾ, ਉੱਥੇ ਰਹਿ ਗਿਆ ਗੱਡੀ 'ਚ, ਪੈਸੇ ਦੇ ਕੇ ਚੱਲ ਜਾ ਨਾਲ, ਗੰਦੀ ਪੈਸੇ ਲੈ ਕੇ ਆ। ਇੱਕ ਦੋ ਸ਼ਰਟ ਦੇ ਮੋਢੇ 'ਤੇ ਵੀ ਰਖਾ ਦਿਓ, ਚੇਂਜ ਕਰਨੀ ਪੈ ਗਈ ਉੱਥੇ ਜਾ ਕੇ। ਨਹੀਂ ਨਹੀਂ ਕੋਈ ਰੌਲਾ ਨਹੀਂ, ਜਾਓ ਤੁਸੀਂ। ਮੈਂ ਤਾਂ ਕਹਿੰਦਾ ਰਖਾ ਦਿਓ ਇੱਕ ਅੱਧੀ ਸ਼ਰਟ, ਜਾਓ ਤੁਸੀਂ। ਹੈਂ, ਕਿਉਂ ਕਰਾਂ ਯਾਰ? ਮਿੱਠੇ ਬਾਦਸ਼ਾਹ, ਸਮਾਨ ਤੇਰਾ ਵਿਕ ਗਿਆ, ਇੱਜ਼ਤ ਤੇਰੀ ਤੇਰੀ ਹੈ, ਕੇ ਯੂਸੀ ਦੇ ਹਜ਼ਾਰ ਵਾਪਸ ਕਰੋ। ਹਲਾ ਯਾਰ, ਮਤਲਬ ਉਸਤਾਦ ਉਹ ਬੰਦਾ ਜਿਹੜਾ ਪੈਂਟਾ ਸ਼ਰਟਾਂ ਨਹੀਂ ਲੈ ਕੇ ਗਿਆ ਸੀ, ਆਹੋ ਮੈਨੂੰ ਕਹਿੰਦਾ ਜਾ ਸਾਹਮਣੀ ਦੁਕਾਨ ਤੋਂ ਸਿਗਰਟਾਂ ਲੈ ਕੇ ਆ। ਅੱਛਾ, ਮੈਂ ਸਿਗਰਟਾਂ ਲੈ ਕੇ ਵਾਪਸ ਆਇਆ, ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਲੈ ਕੇ ਨਿਕਲ ਗਿਆ। ਓਏ ਯੂਸੀ ਨੂੰ ਦੱਸ ਕਿੱਥੇ ਨਿਕਲੇ, ਇਹਨੂੰ ਫੜ ਲੈ, ਇਹਨੂੰ ਫੜ ਕਰ, ਉਹ ਮੈਂ ਮਰ ਗਿਆ, ਫੜ ਫਕੀਰ ਸਾਹਿਬ, ਫੜ ਫਕੀਰ ਸਾਹਿਬ। ਅਰੇ ਭਾਈ, ਹਮਰਾ ਨਾਮ ਮੁਹੰਮਦ ਸ਼ਹਿਜ਼ਾਦ ਹੈ, ਔਰ ਹਮੇ ਮਿਮਿਕਰੀ ਕਾ ਸ਼ੌਕ ਬਹੁਤ ਦੇਰ ਸੇ ਥਾ, ਲੇਕਿਨ ਹਮਾਰੇ ਮੁਹੱਲੇ ਵਾਲੋ ਨੇ ਮੁਝੇ ਬਤਾਇਆ, ਇਹ ਸ਼ੌਕ ਤੋ ਬਹੁਤ ਬੜੀਆ ਹੈ, ਕਹੀਂ ਕਾਮ ਵਾਮ ਧੰਦਾ ਕਹੀਂ ਜਾਤੇ ਕਿਉਂ ਨਹੀਂ, ਇਸ ਲਈ ਫਿਰ ਹਮ ਜਾਨੀ ਕੇ ਸ਼ੋਅ ਮੇ ਆ ਗਿਆ। ਅਰੇ ਭਾਈ, ਹਵੇਲੀ ਕਾ ਬਿੱਲ ਕਰਨ ਅਰਜੁਨ ਚੁਟਾਤੇ ਹੈ, ਔਰ ਅਗਰ ਬਿੱਲ ਕਾ ਜ਼ਿਆਦਾ ਸ਼ੌਕ ਹੈ ਤੋ ਕਾਲੀ ਪਹਾੜੀ ਕੇ ਪੀਛੇ ਆ ਜਾਣਾ। वेलकम नाजरीन, हम एक बार फिर गेस्ट वाले सेगमेंट में आ गए हैं, क्योंकि हमने दोबारा गेस्ट वाला सेगमेंट शुरू कर दिया। भाईजान कैसे हैं आप सब? बहुत सारे लोग गेस्ट वाले सेगमेंट को मिस कर रहे थे, लेकिन हमें यार गेस्टों की बड़ी प्रॉब्लम होती है नाजरीन, गेस्ट नहीं मिलते। गेस्टों का अपना ही एक तबीयत आ, गेस्टों के अपना ही टाइम टेबल आ, गेस्टों के अपना ही मूड आ, तो यार गेस्ट तो गेस्ट था, दरिया भी ना छोड़े हमने। तो नाजरीन, मैंने सोचा कि जैसे मैं वो शो करता था ना, रोड शो करता था साल दो साल पहले, वहाँ पे मुझे बड़े बड़े अच्छे टैलेंटेड लड़के मिलते थे गलियों मोहल्लों में, और आज उनमें से बहुत सारे माशाल्लाह बड़े नामवर भी हुए, बल्कि ये भी सारे उन्हीं में उन्हीं की पैदावार, उन्हीं गलियों मोहल्लों की। और भी बहुत से ऐसे हैं जो, तो यार वो उस तरह के जो लड़के हैं, हम उनको गेस्ट क्यों नहीं बुला सकते थे? ज़रूर। तो आज उन्हीं में से हमारे फैसलाबाद का जो टैलेंट है, स्ट्रीट टैलेंट, उनमें से हमने दो अपने भाइयों को बुलाया है। जनाब
सर अस्सलामुअलैकुम। वालेकुम सलाम। आपका नाम? अली हमजा सर। अली हमजा जी। आपका? मोहम्मद शहजाद। मोहम्मद शहजाद अली हमजा। कैसा लग रहा है यहाँ आपको? मतलब देखें ये जो शो होता है ना इसमें गेस्ट मशहूर होता है, गेस्ट जो होता मशहूर होता ना, है ना? तो तुम अज इतने बैठे हो तो पूरी गेस्ट वाली इज्जत ऑनर, तो तुम्हें नहीं लगता कि यार इदा होना चाहिए? जरूरी तो नहीं भी उ गेस्ट बुला भी जिन्हों जो अगे ही मशहूर आ, तो जिद टैलेंट हो उन्होंने भी थोड़ा जहा पुश करना चाहिए ना। तो पहले बहुत मशहूर है भैन। वो किदा? इन्हों का ना लाश है। लाश ना है? ओ हो, मैं हूँ तुम्हें तारफ करा दा नादरीन। ए जरा भाई की ना दस्या? अली हमजा। अली हमजा, अली हमजा मोहम्मद शहजाद। मोहम्मद शहजाद साहब जोड़े ने मैं मिक्री करते हैं यानी मुख्तलिफ आर्टिस्टा की। इन्होंने मैंने एक मैसेज भेजा सी अमरेशपुरी साहब की आवाज़, तो मैं सुनया तो मैं बिल्कुल 95% उही। तो मैं यार कितने ने भैन? फिर असी इन्होंने अज अपने शो च बुलाया। तो अली हमजा भाई जड़े ने भी साढ़े भाई ने, वैसे बड़िया गल्लां बातें करते तुरते फिरते शुगल मेला, लेकिन मैं चलो इन्होंने भी अज बुला देखते हैं। भैन तुसी सब तो पहला सवाल जड़ा मेरा कि पैदाइश एडी की जरूरी सी मतलब तुहाडी? भाई देखो मैं बड़े अदब है हुंदा ना, मतलब देखो मेरी पैदाइश जरूरी सी, मैं लोगों को सा रहा, मैं कितने काम आ रहा, लोग मैं देख रहे हैं, ठीक है सारा सिलसिला तुहाडे तानू की अज तुसी अगर सोचो भाई इन्हां दी रहिश जरूरी हो सकती, मेरी पैदाइश जरूरी नहीं हो सकती? तुहाडी पैदाइश भी जरूरी हो सकती है, उही मैं पूछ रहा क्यों इन्हां दी रहिश नाल पैदाइश का तलक नहीं? तुसी उह दसो जिस चीज़ नाल तुहाडी पैदाइश का तलक आ। सर उदों कड़ा मैनूं पता सी, मैं कड़ा उदों कितें बुफर लाए सी पिछे कि मैं आउणा वा भी उच्ची आवाज़ च, मैनूं नहीं सी पता पाया। नहीं 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 हुण हुण तां पता लग गया ना? हाँ जी हुण पता लग गया। हुण तुसी किन्नी उम्र आ तुहाडी? 18-19 साल उम्र। कि तुसी की किता 18 साल च यार इस मुल्क च पैदा होकर? सिर्फ प्यो दियां रोटियां, प्यो कोलो पैसे, माँ प्यो कोलो पल के सारा कुछ किता, 18 साल की उम्र शनातीगढ़ बनिया? नहीं भाजी भाजी नहीं बनिया। शनातीगढ़ भी नहीं बनिया? तुसी ते हाले गौरमेंट के कागजां च पैदा ही नहीं होए, तुसी ते चोरी फिर रहे गौरमेंट तो। गौरमेंट कितने सीसी गौरमेंट के कागजां च तुसी जींदे मरे एक बराबर? 18 साल की उम्र च इस टाइम बच्चे सोशल मीडिया से इधर उधर इंजीनियर बन गए ने, एम फिल कर रहे, PhD भाई की किता तू मैं दसना? साढ़े तो आलू टिंडियां तो सोशल मीडिया की बड़ी दूर की गल, आलू टिंडियां पकड़ बहुत औखी गल। वो इसे तो नहीं ना पक रही कि तुम सिर्फ खाने वाले चो कमाने वाले चो होवोगे तो गोश्त पकेगा? यार एक मिनट ठहरो यार। क्यों कातो कातो ठहरो कातो भाजी आ तुहाडे सामने कैमरा लगा, तुसी अपना पूरा तारफ, तुहानू शौक कित्थों पिया, कित्थों ऐ तुहाडा, किन्नी इहदे च मेहनत होई, ये 40-50 गल्लां तुसियां अद्धे मिंट दे विच ना नादरीन नूं दस दिओ बस। अमरेशपुरी साहब दी आवाज़। अरे भाई हमारा नाम मोहम्मद शहजाद है। हाँ। और हमें मिमिक्री का शौक बहुत देर से था। हाँ। लेकिन हमारे मोहल्ले वालों ने मुझे बताया ये शौक तो बहुत बढ़िया है। हाँ। कहीं काम वाम धंधा कहीं जाते क्यों नहीं, इसलिए फिर हम जानी के शो में आ गया। हाँ। अच्छा हुण इह इह नाना पाटीकर साहब दी आवाज इदां ही तारफ सेम इह। अच्छा मेरा नाम मोहम्मद शहजाद है, मुझे ऐसा ही ये मिमिक्री का कीड़ा था मेरे दिमाग में, क्या करूं क्या करूं, आज निकालने आ गए, जानी साहब ने बुलाया, मैंने कहा मैं आ जाता हूं। एंड दे कोई होर सी। अच्छा ऋतिक रोशन साहब यही यही गल करते हैं। मेरा नाम मोहम्मद शहजाद है, मेरा कोई दोस्त नहीं है, और आज मैं जानी के शो में आया, लेकिन दादी माँ कहा करती थी बॉर्नविटा पी कर जाना। अच्छा होर कोई? अच्छा सनी देवल साहब। अरे मेरा नाम मोहम्मद शहजाद है, और बाबूजी कहा करते थे जब भी जानी के शो में जाओ सलाम कर देना, जानी साहब अस्सलाम वालेकुम कहना। मुझे तारीख पर तारीख दी जा रही थी, लेकिन आज वो तारीख आ गई, आज मैं आपके सामने बैठा हूँ। How do you feel? मैं कहा बेल्दी भी आखिरी पहन मैं दसना थी। अरे भाई हवेली का बिल करण अर्जुन चुटाते हैं। और अगर बिल का ज्यादा शौक है तो काली पहाड़ी के पीछे आ जाना। भाईजान ये 1-2-3-4-5-6-7 लोग आपके बहुत बड़े फैन तो नहीं हैं, लेकिन फिर भी ये आपसे मिलने आए हैं। कभी कभी नादरीन ऐसा होता है कि
बंदा थोड़ा कैमरे के सामने, मेरे साथ भी ऐसा स्टार पे होता था, नहीं, नहीं। आप लोगों के साथ ये जो फरीद है ये तो इसके साथ तो हो ही गया था प्रोग्राम तो हुआ नहीं था, इसके माथे पे तरेलियां आ रही थी। आप तो फिर भी माशाल्लाह इससे भी ज्यादा गए हुए हैं यकीन करें। तो ये होता है, ऐसा मसला नहीं है, मैं आपको पूरा मौका दूंगा। आपको घर जाके भी कोई अच्छी जुगत आया मुझे व्हाट्सएप कर देना, कोई ऐसा ऐसी बात नहीं है। आप निराश नहीं होना कभी जिंदगी में, हार तो हो, जिसकी सोच में हार होती ना कि यार मैं हार ना जाऊं, यार ये मेरे से गलत ना हो जाए, भाई जान उसके साथ होता ही गलत है। गलत ही होया, इधर देखो और निंजा टेटल तेनू कहन लगे नहीं, कैसी बातें कर रहा है, ये हमारा चप्पल देखा है और अपनी चमड़ी देख, अगर एक पड़ गई तो तू उधर ही बेहोश हो जाएगा ब्लडी फूल। पता की गल है, तू है कला, वो 8-9 जने ने, तू ना कर। अच्छा अली हमजा भाई जी जी। ये बताए सवाल दा किसे दा जवाब नहीं दिता, मोहब्बत हुई कभी जिंदगी में? यार वो भी मरया वा, उन्हें नहीं हो सकती। खैर एक मिनट यार, मारता से स्टार्ट नहीं था। आप ये बताएं कि मोहब्बत हुई कभी, प्यार होया किसे ना, किसे ना प्यार नहीं, अमीना अबू ना, तो फिर लांतिया क्यों कहने? ਜਿਹੜਾ ਤੁਸੀਂ ਪੁੱਛਣ ਦੇ ਹੋ, ਮੈਂ ਤਾਂ ਕੁੜੀ ਦਾ ਨਾਂ ਹੀ ਨਹੀਂ ਲਿਆ। ਹਾਂ ਮੈਂ ਦੇ ਨਾ ਪੁੱਛਿਆ ਮੁਹੱਬਤ ਹੋਈ, ਤੂੰ ਕਹਿ ਹਾਂਜੀ ਹੋਈ ਮੁਹੱਬਤ, ਅੰਮੀ ਸੇ ਮੁਹੱਬਤ ਹੈ, ਅਬੂ ਸੇ ਮੁਹੱਬਤ ਹੈ, ਭਾਈਓ ਸੇ ਮੁਹੱਬਤ ਹੈ, ਹਮ ਸੇ ਮੁਹੱਬਤ ਨਹੀਂ ਤੁਮੇ? ਹਾਂਜੀ ਹੈ ਭਾਜੀ, ਉਹ ਦੱਸ ਤੁਸੀਂ ਪਿਆਰ ਪੁੱਛਿਆ ਨਾ, ਮੁਹੱਬਤ ਪੁੱਛੀ, ਐਡੀ ਵੱਡੀ ਚਿੱਪਰ ਹੁੰਦੀ ਹੈ ਉਹ, ਪਰੇਸ਼ਾਨ ਆ ਜੀ ਉਹਨਾਂ ਨੂੰ ਕਦੀ ਕਿਸੇ ਨੇ ਪ੍ਰਾਹੁਣਾ ਦੇ ਸਿਰ ਤੇ ਤੁਸੀਂ ਗੈਸਟ ਸੱਦ ਲਿਆ ਨਹੀਂ ਆ ਨਹੀਂ। आप जो यहाँ पे आके बैठा है भाईजन वो काबिले इज्जत है, हमेशा उसके साथ मजाक करते हैं, वो मैं छोटा भाई समझ के करता हूँ। अदरवाइज अगर यहाँ पे शान साहब भी बैठे होते तो मेरे नजदीक उतनी वैल्यू थी जितनी आपकी है। सही बात है, क्योंकि गेस्ट है। अरे भाई बहुत अच्छी बातें करते हो, पहले हम तुम्हारा मुंह में कोयला डाला था, इस बार कद्दू डालूंगा। तेरू तो बरेशपुरी लैते गया। लेकिन जानी खान जी साडे मतलब पाकिस्तान च वेख लो स्ट्रीट टैलेंट आ, इस मुंडे लई बड़ी वड्डी दाद है। अच्छा अच्छा बात पता नादरीन क्या है बात, यार ये वैसे सोचने वाली बात है, इस तरह का जो है वो तो पूरी वर्ल्ड फिरा होता है, उन्होंने 10 मिनट की एंट्री करते हैं जाके, थोड़ी थोड़ी स्टोरीज बनाई होती हैं जी, ये अब सनी देओल साहब गोलगप्पे बेच रहे हैं और राणा पाटीकर साहब लेने आ गए हैं, इस तरह की बातें बना के तो पूरा वर्ल्ड फिरते हैं। तू मिला था मल्ला नहीं पूरा वेख्या अपना? अरे भाई क्या करूं, मोहल्ला कैसे फिरूं, हमरी तो गौरी भाग गई है, उसके पीछे ही घूम रहा हूं। अच्छा जी नरेंद्र मोदी साहब मुबारकबाद दे रहे हैं नवाज शरीफ साहब को पाकिस्तान आने की, वो किस तरह देंगे? मित्रा मेरे प्यारे देशवासियों, मेरे भाइयों और बहनों, मैं नवाज शरीफ साहब को पाकिस्तान आने की बहुत बहुत बधाई देता हूँ। अच्छा है। अच्छा नाना पाटेकर साहब मुबारक दे रहे हैं नवाज शरीफ साहब। अच्छा है, आ गए मेरी मौत का तमाशा देखने, अभी अभी लटका देंगे मुझको, ऐसे जबान बाहर आ जाएंगी, फिर ये मेरी आंखें बाहर आ जाएंगी। अरे कलम वाली भाई क्रांति लाना चाहती थी पाकिस्तान में, इतनी महंगाई है, भाग गई साइकिल वाले के साथ। अच्छा कोई होर हो जरा, तुम हूं तक नहीं बोलिया, परेश रावल साहब मुबारक दे रहे ने। अरे चन बनेगा टन, चन को रोकेगा कौन, मैं नवाज शरीफ को मुबारकबाद देना चाहता हूँ, इतने बड़े जहाज में आए हैं। अच्छा यार कोई होर, कोई आर्टिस्ट कोई ऐसा? ये कोनो बात नहीं है, हमने अपने साथ बंदरिया भी लाई है। तमाशा कर कर दिखा। की करके दिखा? तमाशा, क्योंकि साहब खुश हो गए। बेतमाशा कर देते। मारे कर दमरेशपुरी है ना इस करके। ऐसे ही बोलते हैं। हाँ। मुझे ऐसे ही बोलते हैं। दादी माँ भी ऐसा कहती थी। जादू भी नहीं। अच्छा, नहीं को हो रहा आर्टिस्ट, आर्टिस्ट कोई और। आया चले। आए टॉप पोचे बोल चाओ ये नहीं सकता। और बैठो मैं बोल चाओ, ये मैं होने नहीं दूंगा। ये डरते मेरी माँ। अच्छा एक आर्टिस्ट को खा। अरे अरे क्या लगा रखा है।
इसको खाने से तेरा पेट ये कैसे अंदर का इंसान भर चुका है, जीने के लिए समझौते कर चुका है, एक मच्छर आदमी को हिजड़ा बना देते। इसको खाने से कुछ नहीं होगा मेरे बच्चे, जितनी महंगाई है ये भी खा जा, सब कुछ खा जा, क्योंकि साला एक मच्छर आदमी को हिजड़ा बना। लो जी नादरीन, इन हाथों ने हथियार चलाना छोड़े, भीख मांगना नहीं, तू कैसी बातें कर रहा है, यह 2.5 किलो का जिस पर भी पड़ता है आदमी उठता नहीं, ऐसा थोड़ी होता। भीख मांग कर सब कुछ दिला दूंगा, तारीख पर तारीख, तारीख पर तारीख मिल रही है, लेकिन मुझे जुराबे कब दी गई? बात सुन पाजी, रोला एदा आवा। अच्छा सारी गल कर, एक बात आप गौर कर रहे हैं ना, कहते एक बार जो मैं महसूस कर रहा हूँ, अगर ये ना होता तो उसका भी मजा ना आता। इसके लिए क्लैप करनी समझ आ रही बात? अरे भाई बिल्कुल समझ आ रही है सक्सेना साहब। लो जी नादरीन, प्रोग्राम का वक्त खत्म हो गया, बहुत मजा आया, बड़ा अच्छा, आप दोनों भाइयों का ये होता है कभी कभी, जरूरी नहीं, अगर ये दोनों ऐसे ही बोलते तो फिर वो एक क्लैश शुरू हो जानी थी, ओवरलैपिंग शुरू हो जानी थी, ऐसे ही होता है, वो पंजाबी कहते हैं कभी दादे दियाँ कभी पोते दी, ठीक है ना नादरीन? तो अपना बहुत ख्याल रखिए, आप दोनों का बहुत शुक्रिया, ठीक है, अपने अपने ऐसे नहीं जाना, अपने अपने गिफ्ट जो है वो कहीं से खरीद लेना, कोई भी वो घर ला दू। अरे भैया ओ इधर देखो, लो जी नादरीन अपना बहुत ख्याल रखिए, टाइम बहुत हमारा जो ओवर हो गया, बस हम कोशिश करेंगे कि थोड़ा सा टाइम इसको इस तरह करें कि आपको भरपूर जो है ना वो शो भरपूर तरीके से आप तक पहुंच जाए हमारा, बस पूरा सर आपका बहुत शुक्रिया, इंशाल्लाह फिर आपसे मुलाकात होगी और जब हम बुलाएंगे आप जरूर आएंगे। अरे भाई हम तो जरूर आना चाहता हूँ। प्रोग्राम खत्म कर देते हैं, कहते हैं प्रोग्राम। अरे भाई प्रोग्राम का टाइम खत्म होने वाला है, क्योंकि जानी साहब कह रहे हैं चिल्लो स्वामी मुत्तो स्वामी उत्तो स्वामी वैण गोपाल अय्यर अब शो खत्म करते हैं। आमीन। नादरीन अपना बहुत ख्याल रखिए, अगले प्रोग्राम में आपसे फिर मुलाकात होगी, खुदा हाफिज़।